नमस्कार दोस्तों, फाइव रिवर न्यूज देख रहे सारे ही दर्शकों का स्वागत है। दोस्तों, विधानसभा हलका खेमकरन के पिंड पिक्की पिंड तो नरेंद्र कुमार शर्मा 25 टमारा समेत कांग्रेस छड़ के श्रोमणी अकाली दल च होए शामिल अते गौरवदीप सिंह वलटोया वालों उन्होंने बेटे हैप्पी और टुल्लू शर्मा को माझा चोन का सकत्र नियुक्त किया। जी दोस्तों, बने रहो साडे नाल, देखते रहो साडा चैनल। जेकर साडे चैनल ते नवे हो साडे चैनल नूं हुणे सबसक्राइब करो ते ऑल बेल आइकन ते क्लिक करो। विक्की मिंट तों विशेष रिपोर्ट, विक्की मेहता जी। इस चोण प्रचार के मौके पर 71 बहुत ही सत्कारयोग मेरे वीरों, मेरे बजुर्गों, मेरिया सत्कारयोग मातावां भैणां सारयां नूं फतेह अर्ज करदा वां। वाहिगुरू जी का खालसा, वाहिगुरू जी की फतेह और जय श्री राम। जय। बड़ी खुशी है कि हर रोज़ तुहाडे दरम्यान इत्थे पिखीविंड आईदा वा, और जे आईदा वा हर रोज़ मैं समझदा कि साडी जिहड़ी खाली झोली आ तुसीं प्यार दे नाल, तुसीं बख्शिशां दे नाल, तुसीं आपदे आशीर्वाद दे नाल तुसीं भर दिंदे हो। बड़ी खुशी है कि अज साडे नाल ओह परिवार जुड़ रहे आ जिहड़े 2017 दे विच जिन्हां ने बड़ी वड्डी और अहम भूमिका निभाई कांग्रेस सरकार बनाउण च। अज बड़ी खुशी है कि साडी मेहनत दा मुल पै रिहा है। अज बड़ी खुशी है कि तुसीं इह इलैक्शन अपनी इलैक्शन समझ के लड़ रहे हो। सत्कारयोग साथियों, इन्ना समा हो गया, गिनती दे 13 दिन हो गए, चोण जाबता लग चुका वा। 13 दिन हो गए चोण जाबते लगे नूं, पर अजे तक जिहड़ी मुख धिर इत्थों दी आ, जिहदी सरकार वा कांग्रेस दी, कांग्रसी नुमाइंदा चाहे सुखपाल भुल्लर हो गया, सुखपाल भुल्लर दे पिता सरदार गुरचेत सिंह भुल्लर हो गए, हाले तक लोकां दे विच ओह नज़र नहीं आ रही। और साथियों, ਇਹ ਪਹਿਲੀ ਵਾਰ ਵੇਖਣ ਨੂੰ ਮਿਲਿਆ, ਔਰ ਮੇਰਾ ਖਿਆਲ ਪਹਿਲਾ ਹਲਕਾ ਹੋਊਗਾ ਕਿ ਜਿੱਥੋਂ ਦਾ ਕੋਈ ਕਾਂਗਰਸੀ ਨੁਮਾਇੰਦਾ ਜਾਂ ਕਾਂਗਰਸੀ ਨੁਮਾਇੰਦੇ ਦਾ ਪਰਿਵਾਰ, ਕਾਂਗਰਸੀ MLA ਦਾ ਪਰਿਵਾਰ ਲੋਕਾਂ ਦੇ ਵਿੱਚ ਹੀ ਨਹੀਂ ਵੜ ਰਿਹਾ। ਔਰ ਵੜ ਕਿਉਂ ਨਹੀਂ ਰਿਹਾ? ਕਿਉਂਕਿ ਲੋਕਾਂ ਤੋਂ ਡਰ ਵਾ। ਲੋਕ ਸਵਾਲ ਪੁੱਛਣਗੇ, ਲੋਕ ਘੇਰਨਗੇ, ਲੋਕ ਹਰੇਕ ਚੀਜ਼ ਦਾ ਹਿਸਾਬ ਮੰਗਣਗੇ, ਇਸ ਗੱਲ ਦਾ ਡਰ ਆ। ਔਰ ਸਤਿਕਾਰਯੋਗ ਸਾਥੀਓ, ਇਹੀ ਭਿੱਖੀਵਿੰਡ ਨਗਰ ਹੈ, ਇਹੀ ਕਸਬਾ ਵਾ ਜਿਹਨੇ ਸੁਖਪਾਲ ਭੁੱਲਰ ਨੂੰ ਬੜੀ ਵੱਡੀ ਲੀਡ ਦਵਾਈ ਸੀ। ਜੇ ਐਡੀ ਵੱਡੀ ਲੀਡ ਉਹਨੂੰ ਦਵਾਈ ਸੀ, ਉਹਦਾ ਫਰਜ਼ ਬਣਦਾ ਸੀ ਕਿ ਸਭ ਤੋਂ ਪਹਿਲ ਭਿੱਖੀਵਿੰਡ ਨੂੰ ਦਿੰਦਾ। ਪਰ ਬੜੇ ਦੁੱਖ ਦੀ ਗੱਲ ਹੈ ਕਿ ਭਿੱਖੀਵਿੰਡ ਦੇ ਵਿੱਚ ਜੋ ਹਾਲਾਤ ਉਹਨੇ ਪੈਦਾ ਕਰ ਦਿੱਤੇ, ਜਿੰਨੀ ਗੁੰਡਾਗਰਦੀ ਉਹਨੇ ਕਰ ਦਿੱਤੀ, ਜਿੰਨੀ ਕਰਪਸ਼ਨ ਉਹਨੇ ਕੀਤੀ ਆ, ਮੇਰਾ ਖਿਆਲ ਵਾ ਮੇਰੀ 27 ਸਾਲ ਦੀ ਉਮਰ ਆ, ਮੈਂ ਕਦੀ ਇੰਨਾ ਜ਼ਿਆਦਾ ਕਦੀ ਅੱਤ ਚੁੱਕੀ ਨਹੀਂ ਕਦੀ ਵੇਖੀ। ਮੈਂ ਦੱਸਣਾ ਚਾਹੁੰਦਾ ਕਿ ਸਾਡੇ ਭਿੱਖੀਵਿੰਡ ਦੇ ਲੋਕ ਅਮਨ ਅਤੇ ਸ਼ਾਂਤੀ ਪਸੰਦ ਲੋਕ ਨੇ, ਭਿੱਖੀਵਿੰਡ ਦੇ ਲੋਕ ਆਪਣਾ ਕਾਰੋਬਾਰ, ਆਪਣਾ ਕੰਮ ਕਾਜ ਕਰਨ ਵਾਲੇ ਲੋਕ ਨੇ, ਅਤੇ ਇੱਥੋਂ ਦੇ ਲੋਕ ਕਦੇ ਵੀ ਆਪਦੀ ਸ਼ਾਂਤੀ ਨੂੰ ਭੰਗ ਨਹੀਂ ਹੋਣ ਦੇਣਗੇ। ਪਹਿਲੀ ਵਾਰ ਹੋਇਆ ਕਿ ਅਮਨ ਪਸੰਦ ਜਿਹੜਾ ਭਿੱਖੀਵਿੰਡ ਹੈ, ਉੱਥੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ, ਕੇਸ ਹੱਦ ਤੱਕ ਕੇਸ ਪੈਮਾਨੇ 'ਤੇ ਇੱਥੇ ਗੁੰਡਾਗਰਦੀ ਕੀਤੀ ਗਈ, ਕੇਸ ਪੈਮਾਨੇ 'ਤੇ ਭਿੱਖੀਵਿੰਡ ਹੈ, ਉੱਥੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ, ਕੇਸ ਹੱਦ ਤੱਕ ਕੇਸ ਪੈਮਾਨੇ 'ਤੇ ਇੱਥੇ ਗੁੰਡਾਗਰਦੀ ਕੀਤੀ ਗਈ, ਕੇਸ ਪੈਮਾਨੇ 'ਤੇ ਲੋਕਾਂ ਦੇ ਨਾਲ ਧੱਕਾ ਕੀਤਾ ਗਿਆ। ਔਰ ਬਾਕੀ ਸਾਹਿਬ ਲਾ ਲਓ, ਜਦੋਂ ਇਹਨਾਂ ਦੀ ਨਗਰ ਪੰਚਾਇਤ ਬਣ ਗਈ, ਉਹ ਵੀ ਭਾਵੇਂ ਇਹਨਾਂ ਨੇ ਝੂਠੀਆਂ ਅਤੇ ਜਾਲੀ ਵੋਟਾਂ ਤੋਂ ਬਣਵਾਈ, ਬੂਥ ਕੈਪਚਰਿੰਗ ਕਰ ਕਰਕੇ ਬਣਾਈ, ਜੇ ਨਗਰ ਪੰਚਾਇਤ ਇਹਨਾਂ ਦੀ ਬਣ ਗਈ ਤਾਂ ਜ਼ਮੀਨੀ ਪੱਧਰ 'ਤੇ ਇਹਨਾਂ ਦਾ ਕੀ ਕੰਮ ਆ? ਆਹ ਸਾਡੇ ਹੱਥ ਦੀਆਂ ਬਣੀਆਂ ਗਲੀਆਂ ਉਹੀ ਪੁੱਟ ਪੁੱਟ ਕੇ, ਉਹੀ ਇੰਟਰਲੋਕ ਟਾਈਲਿੰਗ ਪੁੱਟ ਕੇ ਦੁਬਾਰਾ ਲਾ ਰਹੇ ਆ, ਕਿੱਦਾਂ ਟੈਂਡਰਾਂ ਦੇ ਵਿੱਚੋਂ ਘਬਲੇ ਕਰ ਰਹੇ ਆ। ਅਤੇ ਮੈਨੂੰ ਇਹਨਾਂ ਦੀ ਸੋਚ 'ਤੇ ਹਾਸਾ ਵੀ ਆਉਂਦਾ ਵਾ, ਤਰਸ ਵੀ ਆਉਂਦਾ ਵਾ, ਅਤੇ ਹੈਰਾਨਗੀ ਵੀ ਹੁੰਦੀ ਆ ਕਿ ਕਿਹੜੇ ਕੰਮਾਂ ਦੇ ਵਿੱਚ ਪੈ ਗਏ ਆ। ਸੱਚ ਗੱਲ ਪੁੱਛਾਂ ਸਰਦਾਰੋ, ਬਾਈ ਜੀ ਗੱਲ ਇੱਦਾਂ ਹੁੰਦਾ ਕਿ ਜਦੋਂ ਕੋਈ ਮੈਦਾਨ ਦੇ ਵਿੱਚ ਕੋਈ ਫੌਜੀ ਆਉਂਦਾ ਨਾ, ਉਹ ਲੜ ਕੇ ਜਾਂਦਾ, ਉਹ ਸ਼ਹਾਦਤ ਉਹਦੀ ਭਾਵੇਂ ਹੋ ਜਾਵੇ, ਉਹ ਮੈਦਾਨ ਨਹੀਂ ਛੱਡ ਕੇ ਭੱਜਦਾ। ਪਰ ਇਹ ਜਿਹੜਾ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਵਾ ਕਿ ਕਾਂਗਰਸੀ ਜਿਹੜੇ ਹੈਗੇ ਆ, ਸਮੇਤ ਸੁਖਪਾਲ ਭੁੱਲਰ ਦੇ, ਸਮੇਤ ਉਹਦੇ ਪਿਤਾ ਦੇ, ਪਹਿਲੀ ਵਾਰ ਵੇਖਣ ਨੂੰ ਮਿਲਿਆ ਵਾ ਕਿ ਉਹ ਹਥਿਆਰ ਹੀ ਛੱਡ ਗਏ ਆ। ਪਹਿਲੀ ਵਾਰ ਵੇਖਣ ਨੂੰ ਮਿਲਿਆ ਵਾ ਕਿ ਇੰਨੇ ਦਿਨ ਹੋ ਗਏ, 2 ਹਫ਼ਤੇ ਤੋਂ ਵੱਧ, 2 ਹਫ਼ਤੇ ਦਾ ਸਮਾਂ ਹੋ ਚੱਲਿਆ ਵਾ
ਤੇ ਅਜੇ ਤੱਕ ਲੋਕਾਂ ਦੇ ਵਿੱਚ ਨਹੀਂ ਵਿਚਰ ਰਹੇ। ਕੋਈ ਉਹਨਾਂ ਨੂੰ ਝਲ ਨਹੀਂ ਰਿਹਾ। ਆਪਦੇ ਕਾਂਗਰਸੀ ਵਰਕਰ ਘਰਾਂ ਦੇ ਵਿੱਚ ਬੈਠ ਗਏ ਨੇ। ਪਹਿਲੀ ਵਾਰੀ ਵੇਖਣ ਨੂੰ ਮਿਲਿਆ ਵਾ ਕਿ ਘਰ 'ਚ ਬੈਠ ਗਿਆ, ਔਰ ਉਹ ਪਰਿਵਾਰ ਜਿਨ੍ਹਾਂ ਬਾਰੇ ਸਾਨੂੰ ਹੀ ਸੋਚ ਨਹੀਂ ਸੀ, ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੁੜ ਰਹੇ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਤਿਕਾਰਯੋਗ ਵੀਰੋ, ਅੱਜ ਇੰਨਾ ਪਿਆਰ ਇੰਨਾ ਮਾਣ ਮਿਲਿਆ ਵਾ। ਸਵੇਰ ਦੇ 8 ਵਜੇ ਤੋਂ ਦੋਵੇਂ ਪਿਓ ਪੁੱਤ ਅਸੀਂ ਲੱਗੇ ਹਾਂ, ਔਰ ਅੱਜ ਮੰਨੋਗੇ ਆਂਟੀ ਜੀ ਹੁਣੀ ਬੈਠੇ, ਸਾਡੀ ਮਾਤਾਵਾਂ ਭੈਣਾਂ ਬੈਠੀਆਂ ਨੇ, ਇਹਨਾਂ ਦਾ ਮੈਂ ਸ਼ੁਕਰਗੁਜ਼ਾਰ ਹਾਂ, ਤੁਹਾਡੇ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ। ਅੱਜ ਮੰਨੋਗੇ ਕਿੰਨੇ ਪ੍ਰੋਗਰਾਮ ਆਪਾਂ ਕੱਢੇ ਆ, ਕਿੰਨੇ ਪ੍ਰੋਗਰਾਮ ਨੇ ਵਲਟੋਆ ਸਾਹਿਬ ਦੇ, ਕਿੰਨੇ ਹੋਣੇ ਭਲਾ, 62 ਪ੍ਰੋਗਰਾਮ, 62। ਕਦੀ ਅੱਜ ਤੱਕ ਦੇਖੋ 62 ਪ੍ਰੋਗਰਾਮ ਹੋਣ। ਸਵੇਰੇ ਆਪਾਂ ਨਾ ਕਾਹਲੀ ਕਾਹਲੀ ਹੁੰਦੀ ਆ, ਬਾਅਦ ਵਿੱਚ ਪਤਾ ਚੱਲਿਆ ਆਹ ਤਾਂ ਲਿਖੇ ਵੀ ਨਹੀਂ ਜਾਣੇ। ਅਸੀਂ ਇੱਧਰ ਇੱਕ ਰੱਤੋ ਕੇ ਦਾ ਪ੍ਰੋਗਰਾਮ ਲਿਖਿਆ, ਸਾਨੂੰ ਪਤਾ ਹੀ ਨਹੀਂ ਕਿ ਇੱਕ ਪਿੰਡ 'ਚ 10-10 ਪ੍ਰੋਗਰਾਮ ਆ। ਇੰਨੀ ਪਰਮਾਤਮਾ ਦੀ ਕਿਰਪਾ ਹੋ ਰਹੀ ਹੈ। ਅੱਜ ਰੱਤੋ ਕੇ ਦੇ ਆ ਗਜ਼ਲ ਦੇ ਹਵੇਲੀਆਂ ਝਾੜ ਸਾਹਿਬ ਉੱਥੇ ਪਿੰਡ ਵਾ, ਸਾਰੀ ਪੰਚਾਇਤ, ਸਾਬਕਾ ਸਰਪੰਚ ਸਾਹਿਬਾਨ ਸਾਰੇ ਸਾਡੇ ਨਾਲ ਚੱਲੇ ਨੇ, ਔਰ ਹੁਣੇ ਆ ਸਾਂਦਰੇ ਤੋਂ ਹੋ ਕੇ ਆਏ, ਸਾਂਦਰੇ ਤੋਂ ਪਹਿਲਾਂ ਸੋਰ ਸਿੰਘ ਤੋਂ ਹੋ ਕੇ ਆਏ ਆ। ਬੜੀ ਪਰਮਾਤਮਾ ਦੀ ਕਿਰਪਾ, ਬਸ ਇਹੀ ਰਹਿਮਤ ਕਰਿਆ ਜੇ, ਇਹੀ ਕਿਰਪਾ ਕਰਿਆ ਜੇ ਸਤਿਕਾਰਯੋਗ ਸਾਥੀਓ, ਅਸੀਂ ਤੁਹਾਡੇ ਬਿਨਾਂ ਕੁਛ ਨਹੀਂ ਆ। ਅਸੀਂ ਇਕੱਲੀ ਇਕੱਲੀ ਭਿੱਖੀਵਿੰਡ ਦੀ ਗਲੀ ਫਿਰੀ ਆ, ਅਸੀਂ ਇਕੱਲੇ ਇਕੱਲੇ ਘਰ ਦਾ ਬੂਹਾ ਖੜਕਾਇਆ ਵਾ, ਔਰ ਅਸੀਂ ਹਮੇਸ਼ਾ ਤੁਹਾਡੇ ਵਿੱਚ ਰਹੇ ਹਾਂ। ਅਸੀਂ ਉਹਨਾਂ ਬਰਸਾਤੀ ਡੱਡੂਆਂ ਦੇ ਵਿੱਚੋਂ ਨਹੀਂ ਆ, ਉਹਨਾਂ ਭੁੱਲਰਾਂ ਦੇ ਵਿੱਚੋਂ ਨਹੀਂ ਆ ਕਿ ਜਿਹੜੇ 5 ਸਾਲਾਂ ਬਾਅਦ ਸਿਰਫ ਇਲੈਕਸ਼ਨ ਵੇਲੇ ਯਾਦ ਜਿਨ੍ਹਾਂ ਨੂੰ ਲੋਕ ਆਉਂਦੇ ਆ, ਅਸੀਂ ਉਹਨਾਂ ਦੇ ਵਿੱਚੋਂ ਨਹੀਂ ਆ।